ਤਾਂ ਦੱਸਦੀ ਕਿ ਇੱਕ ਨੌਜਵਾਨ ਬਿਨਾਂ ਤਲਾਕ ਲਏ ਕਰਵਾ ਰਿਹਾ ਸੀ ਦੂਜਾ ਵਿਆਹ, ਪਰ ਮੌਕੇ ਤੇ ਵਿਆਹ ਰੁਕਵਾਉਣ ਪਹਿਲੀ ਪਤਨੀ ਆਪਣੇ ਪਰਿਵਾਰ ਨਾਲ ਪਹੁੰਚ ਗਈ ਤੇ ਪਿੰਡ ਵਿੱਚ ਹਾਈ ਵੋਲਟੇਜ ਡਰਾਮਾ ਹੋਇਆ ਤੇ ਦੋਵਾਂ ਪੱਖਾਂ ਵਿੱਚ ਬਹੁਤ ਹੀ ਜ਼ਿਆਦਾ ਬਹਿਸ ਹੋਈ। ਇੱਥੋਂ ਤੱਕ ਕਿ ਮਾਮਲਾ ਕੁੱਟਮਾਰ ਤੇ ਵੀ ਉਤਰ ਆਇਆ ਸੀ, ਪਰ ਮੌਕੇ ਤੇ ਪੁਲਿਸ ਪਹੁੰਚਦੀ ਏ ਤੇ ਦੋਨਾਂ ਧਿਰਾਂ ਵਿੱਚ ਕੁੱਟਮਾਰ ਹੋਣ ਤੋਂ ਬਚਾਉਂਦੀ ਏ। ਵਿਆਹ ਕਰਾਉਣ ਵਾਲੇ ਨੌਜਵਾਨ ਨੂੰ ਵੀ ਆਪਣੀ ਹਿਰਾਸਤ ਵਿੱਚ ਲਿਆ। ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਏ, ਜਿੱਥੇ ਪਹਿਲੀ ਪਤਨੀ ਨੇ ਇਲਜ਼ਾਮ ਲਗਾਏ ਨੇ ਆਪਣੇ ਪਤੀ ਤੇ ਕਿ 4 ਸਾਲ ਪਹਿਲਾਂ ਉਸਦੇ ਪਤੀ ਨੇ ਉਸਦੀ ਕੁੱਟਮਾਰ ਕਰਕੇ ਉਸਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ ਤੇ ਪਿਛਲੇ 4 ਸਾਲਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ ਤੇ ਤਲਾਕ ਦਾ ਕੇਸ ਵੀ ਚੱਲ ਰਿਹਾ ਸੀ, ਪਰ ਅਜੇ ਤੱਕ ਤਲਾਕ ਨਹੀਂ ਹੋਇਆ ਸੀ। ਤਲਾਕ ਹੋਣ ਤੋਂ ਪਹਿਲਾਂ ਹੀ ਉਸਦਾ ਪਤੀ ਦੂਸਰਾ ਵਿਆਹ ਕਰਵਾ ਰਿਹਾ ਸੀ। ਜਿਵੇਂ ਹੀ ਪਹਿਲੀ ਪਤਨੀ ਨੂੰ ਪਤਾ ਲੱਗਿਆ ਕਿ ਦੂਸਰਾ ਵਿਆਹ ਕਰਵਾ ਰਿਹਾ ਹੈ ਉਸਦਾ ਪਤੀ, ਤਾਂ ਉਹ ਮੌਕੇ ਤੇ ਆਪਣੇ ਪਰਿਵਾਰ ਨਾਲ ਵਿਆਹ ਰੁਕਵਾਉਣ ਪਹੁੰਚ ਜਾਂਦੀ ਹੈ। ਤੁਸੀਂ ਵੀ ਸੁਣੋ ਪਹਿਲੀ ਪਤਨੀ ਕੀ ਕਹਿ ਰਹੀ ਹੈ ਆਪਣੇ ਪਤੀ ਬਾਰੇ। 4 ਸਾਲ ਹੋ ਗਿਆ। ਕੇਸ ਵੀ ਚੱਲਦਾ? ਹਾਂਜੀ। ਕਿੱਥੇ ਚੱਲਦਾ? ਪਹਿਲਾਂ ਇੱਥੇ ਵਾਹ ਸੈਲਰ ਚ ਮੈਡਮ ਤੇ ਦਰਖਾਸਤ, ਉੱਥੇ ਰਾਜੀਨਾਮਾ ਇਹਨਾਂ ਕਰਾ ਕੇ ਕਹਿੰਦੇ ਲੈ ਜਾਵਾਂਗੇ, ਮੁੜ ਕੇ ਲੈਣ ਹੀ ਨਹੀਂ ਆਏ ਤਿੰਨ 4 ਸਾਲ ਹੋ ਗਏ। ਹਾਂ, ਤੇ ਅੱਜ ਹੁਣ ਨਵਾਂ ਵਿਆਹ ਕਰਾਉਣ ਲੱਗੇ। ਹਾਂਜੀ, ਤੇ ਇਹ ਹੁਣ ਬੇਰੰਗੀ ਅਸਥੀ ਫੜੇ ਗਏ ਹੁਣ। ਹਾਂ, ਇੱਥੇ ਮਦੋਟ ਥਾਣੇ ਚ। ਹਾਂਜੀ, ਕਾਨੂੰਨੀ ਕਾਰਵਾਈ ਇਹੋ ਹੀ ਕੀਤੀ ਜਾਵੇ ਵੀ ਸਾਡੀ ਸੁਣਾਈ ਕੀਤੀ ਜਾਵੇ ਜ਼ਰੂਰ। ਨਹੀਂ, ਤਲਾਕ ਨਹੀਂ ਦਿੱਤਾ। ਹਾਂ, ਇੱਕ ਤਰਫੀ ਆਪ ਕੇਸ ਜਿੱਤਾ ਫਿਰ ਜਾਂਦਾ, ਮੇਰਾ ਤਲਾਕ ਹੋ ਗਿਆ, ਪਰ ਤਲਾਕ ਨਹੀਂ ਅਸਾਂ ਦਿੱਤਾ। ਅੱਜ ਤੁਸੀਂ ਇਹਦੀ ਪੜਤਾਲ ਸਵੇਰ ਦੀ ਕਰ ਰਹੇ ਹੋ? ਹਾਂਜੀ, 4 ਵਜੇ ਦੇ ਸਵੇਰ ਦੇ ਬੰਦੇ ਕੋ ਕਿੱਥੇ ਖਿਲਵਾ ਰਹੇ ਕੋ ਕਿੱਥੇ ਖਿਲਵਾ ਲੱਗ ਰਹੇ ਸੀ ਇੱਥੇ ਵਿਆਹ ਸੀ? ਹਾਂਜੀ, ਪਤਾ ਲੱਗ ਗਿਆ। ਹਾਂਜੀ, ਕੀ ਬਰਾਤ ਨਹੀਂ ਸੀ? ਹਾਂਜੀ, ਹਾਂਜੀ, ਬਰਾਤ ਵੀ ਆਈ। ਹੁਣ ਕੀ ਮੰਗੋ? ਕਾਰਵਾਈ ਕਾਰਵਾਈ ਹੁਣ ਮੋਟਰਸਾਈਕਲ ਵੀ ਪਹਿਲਾਂ ਮੰਗ ਸੀ ਨਾ, ਮੋਟਰਸਾਈਕਲ ਨਹੀਂ ਦੇਣ ਕਰਕੇ ਦਿਨ ਆਪ ਇੱਕ ਤਰਫੀ ਕੇਸ ਜਿੱਤ ਕੇ ਦੰਦ ਮੇਰਾ ਤਲਾਕ ਹੋ ਗਿਆ ਤੇ ਇਹ ਹੁਣ ਨਵਾਂ ਵੀ ਵਿਆਹ ਕਰਦਾ। ਨਹੀਂ, ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ? ਕਾਰਵਾਈ ਇਹੋ ਹੀ, ਪੁਲਿਸ ਕਾਰਵਾਈ ਕਰੇ, ਮਦਦ ਕਰੇ, ਜਿਵੇਂ ਕਿਵੇਂ ਮਰਜ਼ੀ ਮਦਦ ਸਾਡੀ ਜ਼ਰੂਰ ਕਰੇ। ਹਾਂ, ਕਾਨੂੰਨੀ ਕਾਰਵਾਈ ਕਰਨ ਜ਼ਰੂਰ, ਗਰੀਬ ਬੰਦੇ ਆ, ਸਾਡੇ ਕੋਲ ਇੰਨੀ ਨਹੀਂ ਗੁੰਜਾਇਸ਼ ਸੀਗੀ। ਰੋਜ਼ ਤਹਿਲਕਾ ਨਿਊਜ਼, ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਪਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।